ਸਤਿ ਸ੍ਰੀ ਅਕਾਲ ਜੀ ਆਪਣੇ ਸਾਰੇ ਵੀਰ ਭਰਾਵਾਂ ਨੂੰ ਹੋਰ ਸਨੋ ਜੀ ਠੀਕ ਠਾਕ ਸਾਰੇ ਇਹ ਗੱਡੀਆਂ ਵੇਖਣ ਦੇ ਅੱਜ ਤਿੰਨ ਚਾਰ ਗੱਡੀਆਂ ਤੇ ਖਲੋਤੀਆਂ ਨੇ ਇਹ ਉਸਤਾਦ ਹਰੀ ਮਾਲਕ ਨੇ ਮੈਂ ਇਹਨਾਂ ਨੂੰ ਪੁੱਛਿਆ ਆਪ ਵੀ ਗੱਡੀ ਕੋਈ ਫਾਰ ਸੇਲ ਆ ਤੁਹਾਡੀ ਕਿਨੇ ਨਹੀਂ ਗੱਡੀਆਂ ਤੇ ਹਨ ਇੱਕ ਰਫਾ ਵਾਹਾ ਦਿੰਨੇ ਆ ਇਹ 640 ਅੱਗੇ ਪਿੱਛੇ ਬਲੇਟ ਲੱਗਾ ਹੋਇਆ 93 ਮਾਡਲ ਹੈ ਗੱਡੀਆਂ ਬੜੀਆਂ ਡਾਡੀਆਂ ਨੇ ਜੇ ਕੋਈ ਸਾਹਮਣਾ ਰੱਖੇ ਨੇ ਇਹ ਜੀ 240 ਚੈੱਕ ਕਰੋ ਜੀ 60 640 ਇਹ ਕਹਾਂ ਜੀ 260 ਜੀ ਵੇਖ ਸਕਦੇ ਹੋ ਪਰ ਮੇਰੀ ਥੋੜੀ ਅਰਜ਼ੀ ਤੁਹਾਡੇ ਅੱਗੇ ਕਿ ਤੁਸੀਂ ਮੇਰੀ ਵੀਡੀਓ ਤਾਂ ਵੇਖਦੇ ਹੋ ਪਰ ਲਾਈਕ ਨਹੀਂ ਕਰਦੇ ਭਾਈ ਥੋੜਾ ਯਾਰ ਲਾਈਕ ਵੀ ਕਰ ਦਿਆ ਕਰੋ ਕਿਉਂਕਿ ਬੜੀ ਮਿਹਨਤ ਹੁੰਦੀ ਹੈ ਮੈਂ ਤੁਹਾਡੇ ਵਾਸਤੇ ਵੇਲਾ ਫੇਟਰ ਕੇ ਨਾ ਤੇ ਚੱਕਾਂ ਦੇ ਵਿੱਚੋਂ ਗੱਡੀਆਂ ਲੱਭਣਾ ਕਿਉਂਕਿ ਦਲਾਲ ਦੀ ਗੱਡੀ ਜਿਹੜੀ ਹੁੰਦੀ ਉਹ ਤੁਹਾਨੂੰ ਪਤਾ ਸਾਰਿਆਂ ਦੁਨੀਆ ਨੂੰ ਪਤਾ 50000 ਵੀ ਚ ਰੱਖ ਦੇਣ ਲੱਖ ਰੱਖ ਦੇਣ ਫਿਰ ਉਹਨਾਂ ਗੱਡੀ ਦੇਣੀ ਹੁੰਦੀ ਜਿਹੜੀ ਖੁਦ ਤੁਸੀਂ ਮਾਲਕ ਕੋਲੋਂ ਲੈ ਲੈਣੀ ਹੈ ਉਹ ਜਿਹੜੀ ਚੀਜ਼ ਮਿਲ ਜਾਣੀ ਤੁਹਾਨੂੰ ਉਹ ਚੰਗੀ ਮਿਲ ਜਾਣੀ ਹੈ ਡਾਇਰੈਕਟ ਜਿਹੜੀ ਮਿਲਣੀ ਚਾਹ ਲੋ ਉਹਨੇ ਆਪਣੀ ਕਮਿਸ਼ਨ ਤੇ ਨਹੀਂ ਰੱਖਣੀ ਜੀ ਅੱਛੇ ਤੋਂ 40 ਮੈਨੂੰ ਬੜਾ ਪਸੰਦ ਆਇਆ ਵੈਸੇ ਉਹ ਫਾਰ ਸੇਲ ਤੇ ਨਹੀਂ ਤੇ ਕਲਰ ਇਹ ਬੜਾ ਸੋਹਣਾ ਹੈ ਪਰ ਜਿਹੜਾ ਮਾਡਲ ਹੈ ਵੀ ਸਾਮ ਚਖ ਲੋ ਤਾਂ ਚੰਗਾ ਖਲੋਤਾ ਤੁਸੀਂ ਵੇਖ ਸਕਦੇ ਹੋ ਕਲਰ ਵੇਖੋ ਇਹਦਾ ਆਪਣਾ ਜਰਮਨ 6 ਸੀ ਦਾ ਕਲਰ ਵੇਖ ਲਓ 2.5 ਦਾ ਕਲਰ ਵੇਖ ਲਓ ਆਪਣੀਆਂ ਟਿਊਪਾਂ ਆਪਣਾ ਰੰਗਥਲ ਪਲੇਟ ਵੀ ਲੱਗੀ ਹਿੱਚ ਲੱਗੀ ਪਿਛਲੀ ਸਾਈਡ ਵੇਖੋ ਪਿੰਡਾਂ ਦੇ ਵਿੱਚ ਫਿਰ ਕੇ ਗੱਡੀਆਂ ਲੱਭਣੀਆਂ ਬੜੀਆਂ ਔਖੀਆਂ ਨੇ ਪਰ ਚਾਹ ਐਡਵਰਸ ਮੈਂ ਲੱਭਣਾ ਤੇ ਤੁਸੀਂ ਇਹ ਵੀ ਲਾਈਕ ਕਰ ਦਿਆ ਕਰੋ ਤੁਹਾਡੀ ਬੜੀ ਮਿਹਰਬਾਨੀ ਹੈ ਚਲੋ ਠੀਕ ਹੋ ਗਿਆ ਖਦਾ হাফেজ ਫਿਰ ਸਾਰੇ ਆਪਣੇ ਵੀਰ ਭਰਾਵਾਂ ਨੂੰ ਇਨਸ਼ਾਅੱਲਾ ਅਗਲੀ ਵੀਡੀਓ ਚ ਮਿਲਾਂਗੇ ਤੁਹਾਡੇ ਵਾਸਤੇ ਗੱਡੀ ਦੀ ਬਿਹਤਰੀਨ ਕੋਈ ਸੋਹਣੀ ਜੀ ਲੈ ਕੇ ਆਣੇ ਆ